सत श्री अकाल जी, थोड़ा अपने नवे वीडियो स्वागत आ। टाइम हो गया जी सत्त का, सत्त तो 10 मिनट पे अजे बंदे साढ़े अज आ गया टाइम ना, थोड़ा जाया कल मरा जा उन्होंने आख्या सी अज टाइम ना आया, इधर ना माड़ा जा जिहड़ा दा बंदा जी। ये तो चारां च एक, चारां के हजारां च एक, हजारां छड़ के लखां च एक, क्योंकि सारा तो पहले ही बंदा आया। ਇਹ ਅੱਜ 6:30 'ਤੇ ਅੱਧਾ ਘੰਟਾ ਪੂਰਾ ਲੇਟ, ਠੀਕ ਹੈ ਅਤੇ ਆ ਜਵਾਨ ਕਈ ਕਿੰਨੇ ਆ 6:20 ਦੇ ਮੋਟਰ 'ਤੇ ਮਿਲਾ ਮੈਂ ਚੱਲ 40 ਮਿੰਟ ਲੇਟ ਹੈ ਉਹ 40 ਮਿੰਟ ਨਹੀਂ 20 ਮਿੰਟ ਚੱਲ 20 ਮਿੰਟ ਲੇਟ ਹੈ ਅਤੇ ਆ ਜਵਾਨ ਵਾਲੀ ਮੈਨੂੰ ਅੱਖਾਂ ਲਾਲ ਲੁੜ ਕੇ ਠਾਇਆ ਨਾ ਅੱਖਰ ਲਾਲ ਹੋ ਗਿਆ ਹੁਣ ਅੱਖਾਂ ਪਾਣੀ ਨਾਲ ਲਾਲ ਹੋ ਜਾਂਦੀਆਂ ਅੱਛਾ ਪਾਣੀ ਨਾਲ ਲਾਲ ਹੁੰਦੀਆਂ ਨੇ ਅਤੇ ਰਾਣੇ ਰੋਣੇ ਵਾਲੀ ਫਿਲਟਰ ਕੱਢ ਕੇ ਸਾਫ ਕਰੀਏ ਹਾਂ ਤੇ ਰਾਣੇ ਨੂੰ ਤਾਂ ਲਈ ਆਉਂਦੇ ਲੱਖੀ ਨਿਪਲਾਂ ਲਿਆਂਦੀਆਂ ਯਾਰ 4-5 ਲਿਆਂਦੀਆਂ ਨਵੀਆਂ ਮੈਂ ਆਪ ਚਾਚੇ ਨਾਲ ਆਇਆ ਮੇਰੇ ਕੋਲ ਘਰ ਮੋਟਰਸ ਲਗਾਇਆ ਸੀ ਤੇਰਾ ਮੋਟਰਸ ਕਿੱਥੇ ਮੇਰਾ ਮੋਟਰ ਕਰੇ ਉਹ ਫਿਰ ਕਰੇ ਲੋਡ ਪੈ ਤੇ ਕੌਣ ਪਟਾਣ ਜਾਵੇ ਆ ਇਹ ਤਾਂ ਗੋਰੀ ਨਿਪਲ ਦੇ ਯਾਰ ਹਾਡੀ ਨਿਪਲਾਂ ਯਾਰ ਇੰਨੀਆਂ ਨਿਪਲਾਂ ਨੇ ਤੱਕ ਲੱਭ ਲਿਆ ਇਹਨੂੰ ਕੀ ਖਰਾਬ ਕੀ ਹੁੰਦਾ ਮੈਨੂੰ ਖਾਰ ਖਰਾਬ ਕੋਈ ਨਹੀਂ ਗਰੀਸ ਜ਼ੋਰ ਬੜਾ ਰਹਿੰਦੀ ਹੁੰਦੀ ਜੀ ਅੱਜ 4600 ਤੇ ਲਾਤੀ ਆ ਇੱਧਰ 6 ਕਿੱਲੇ ਘੇਰਾ ਤੇ ਆ ਸਾਹਮਣੇ ਟਰੈਕਟਰ ਖੜੇ ਆ 36 ਦੀ ਇੱਧਰ ਨਾੜਗਰ ਆਪਣੇ ਕੋਲ 2 ਨਾੜਗਰ ਆ ਇੱਕ ਇੱਧਰ ਚੱਲਦੀ ਹੈ ਕਰਤਾਰ ਹੈ ਇੱਧਰ ਇੱਧਰ ਆਪਣੇ ਚੱਲਦੀ ਆ 4600 ਕਿਵੇਂ ਰਾਣਾ ਤੂੰ ਥੱਕ ਗਿਆ ਨਹੀਂ ਹੋਰ ਠੀਕ ਹੋ ਗਿਆ ਥੱਕਿਆ ਤਾਂ ਨਹੀਂ ਹੈ ਨਹੀਂ ਵੇ ਲੱਗ ਦੇ ਨਹੀਂ ਜਿਵੇਂ ਹੋ ਜੀ ਜਲਦੀ ਵੀ ਆ ਹਾਂ ਜਿਵੇਂ ਹੋ ਜੀ ਜਲਦੀ ਵੀ ਆ ਮਰਦਾਣੇ ਦੇ ਮੈਂ ਤਾਂ ਨਹੀਂ ਆਉਂਦੇ ਨਹੀਂ ਤੇ ਦਾਣੇ ਆਉਂਦੇ ਜੇ ਵੇਖਣੇ ਤਾਂ ਇਹਨਾਂ ਨੇ ਦੱਸਣਾ ਤਾਂ ਮੈਨੂੰ ਇਕੱਲੇ ਨੂੰ ਦੱਸਣਾ ਹੀ ਠੀਕ ਹੈ ਠੀਕ ਹੈ ਤੇ ਫਿਰ ਆਪਾਂ ਉਹਦੇ ਸੈੱਟ ਕਰ ਲਾਂਗੇ ਦਾਣੇ ਪਹਿਲੇ ਗਲਾਉਂਦੇ ਨੇ ਯਾਰ ਕਿ ਰੱਬ ਨੇ ਦਾਣੇ ਨੇ ਝਾੜ ਲਿਆ ਜਿੰਨੇ ਆਉਣੇ ਸੀ ਠੀਕ ਆ ਕਿ ਨਹੀਂ ਕੱਲ ਕਿਵੇਂ ਕੱਲ ਤੂੰ ਨਾਲ ਗਵਾਂਢੀਆਂ ਦੇ ਖੇਤ ਵੜਾ ਉੜੂ ਦਿੱਤਾ ਜੀ ਓਏ ਵੱਟ ਦਿੱਸੀ ਨਹੀਂ ਹੈ ਵੱਟ ਦਿੱਸੀ ਨਹੀਂ ਕਿਉਂ ਨਹੀਂ ਦਿੱਸੀ ਪਤਾ ਨਹੀਂ ਲੱਗਿਆ ਵੱਟ ਨਿੱਚੀ ਪਤਾ ਨਹੀਂ ਜਦੋਂ ਅਸੀਂ ਤੈਨੂੰ ਆਖਿਆ ਵੀ ਉਹ ਜੰਮੂ ਕੋ ਰੋਕ ਲੈ ਜਿੱਥੇ ਵੱਟ ਹੈਗੀ ਆ ਮੜੇ ਉੱਚੀ ਬੋਲ ਹੈ ਵੀ ਉੱਥੇ ਤੂੰ ਰੋਕ ਲਈ ਮਸ਼ੀਨ ਤੇ ਤੂੰ ਫੇਰ ਅਗਾ ਤੋੜ ਦਿੱਤੇਗਾ ਤਿੰਨਾਂ ਘਰਾਂ ਦੇ ਵਿੱਚ ਰਲਾ ਦਿੱਤੀ ਕਣਕ ਮੈਂ ਚੱਲ ਵੱਟ ਆਵੇਗੀ ਵੱਡੀ ਮੈਂ ਚੱਲ ਉੱਥੇ ਰੋਕ ਲਾਂ ਵੱਟ ਹੈਗੀ ਨਹੀਂ ਵੱਡੀ ਵੱਟ ਇਵੇਂ ਥੋੜਾ ਵੀ ਤੂੰ ਵੱਡੀ ਵੱਟ ਲੱਭਦਾ ਇਵੇਂ ਤੂੰ ਲਾ ਦੇਵੇਂ 4 ਕਿੱਲੇ ਹੋਰ ਨਾਲ ਹੁਣ ਅਗਰ ਨਿਗਾ ਰੱਖਿਆ ਕਰ ਠੀਕ ਹੈ कल दी चलदी इन्हां दे 4600 ਤੇ ਉਧਰ ਜੱਸੀ ਚਲਦੀ ਆ 70 ਕਿੱਲੇ ਉਹਨਾਂ ਦੇ ਦੋ ਭਰਾਵਾਂ ਦੇ ਤੇ ਬਾਈ ਇਹਨਾਂ ਦੋਵਾਂ ਮਸ਼ੀਨਾਂ ਨੇ ਇਹੀ ਵੱਢਣਾ ਏਰੀਆ ਤੇ ਇਹ ਦੋਨੇ ਮਸ਼ੀਨਾਂ ਆਪਾਂ ਨੇ ਕੱਢ ਦੇਣੀਆਂ ਸਾਈਡ ਨੂੰ ਤੇ 12 ਛਲ ਵੀ ਆਪਾਂ ਨੇ ਰੋਪੜ ਨੂੰ ਭੇਜ ਦੇਣੀ ਆ ਬਾਕੀ ਆਪਣੇ ਰਹੇਗਾ 2-3 ਦਿਨ ਦਾ ਹੀ ਕੰਮ ਰਹੇਗਾ ਬਸ ਤਕਰੀਬਨ ਨਿਬੜੇ ਪਿਆ ਤੇ ਇੱਧਰ ਕਰਤਾਰ ਚੱਲ ਰਹੀ ਆ ਸਾਹਮਣੇ ਆਪਣੇ ਨਾਲ ਤੇ ਇੱਧਰ ਆਪਣੇ ਚੱਲਦੀ ਆ 4600 चल रही है सामने वह देख लो साढ़े एडे एडे प्लाट आ जी 6-6 किलों के घेरे आ 5-5 किलों 6-6 बाकी है बंदे की किस्मत बहुत चंगी है कणक नहीं डिगी कितने भी बाकी अपन बढ़नी थलों की पैंती आ जो थलों ਨੰਬਰਦਾਰ ਸਾਹਿਬ ਨੇ ਹੌਲੀ ਜਾ ਹੌਲੀ ਬੜਾ ਜਾ ਇਹ ਪਤਾ ਨਹੀਂ ਹੌਲੀ ਕਿਉਂ ਕਹਿੰਦੇ ਚਲਾ ਹੌਲੀ ਚਲਾ ਦਾਣੇ ਦੇਖਦੀ ਝੂਠ ਨਾ ਮਾਰੇ ਕਰ ਨਹੀਂ ਯਾ ਦਾਣੇ ਦੇਖਦੀ ਹੌਲੀ ਚਲਾ ਜਾ ਕਿਵੇਂ ਕਿਵੇਂ ਰਾਣਾ ਚਾਲ ਚੁਲ ਮਿਲੇ ਨੇ ਕੋਈ ਰੋਟੀ ਬਾਗ ਬਾਗ ਹੋ ਗਿਆ ਹੁਣ ਹੋਰ ਤਾਂ ਨਹੀਂ ਸ਼ਾਂਤ ਕਰ ਲੋੜ ਹੈ ਹੈ ਨਹੀਂ ਲੋੜ ਨਹੀਂ ਵੇਖ ਲੈ ਕੋਈ ਰੜ ਕੇ ਗਿਆ ਤਾਂ ਕੱਢ ਲੈਣੇ ਨਹੀਂ ਤੂੰ ਚਲਾਈ ਕੋਈ ਮਸ਼ੀਨ ਹੈ ਹੈ ਲਾਲ ਆ ਕੋਈ
ਮੂੰਹ ਤੇ ਕੋਈ ਵਾਲ ਲਾ ਕਰ ਰਾਣਾ ਤਾਂ ਮੈਨੂੰ ਕੋਈ ਨਹੀਂ ਫੜਾਉਂਦੇ ਉਹਨਾਂ ਪਰ ਮੈਨੂੰ ਤਾਂ ਡਰਾਈਵਰ ਬਣਾ ਲੈਣਾ ਫੜਾਉਂਦਾ ਹੀ ਨਹੀਂ ਮੈਨੂੰ ਚਲ ਚਲੋ ਥੱਕ ਗਿਆ ਆਪੇ ਫੜਾਵੇ ਦਾ ਤੇ ਡਰਾਈਵਰ ਠੀਕ ਨੇ ਬੰਦੇ ਹਾਂ ਅੱਛਾ ਚਲੋ ਠੀਕ ਹੈ ਠੀਕ ਹੈ ਚਾਹੀਦੇ ਆ ਰਾਣਾ ਰਾਣਾ ਤਾਂ ਮੈਨੂੰ ਕਿਉਂ ਨਹੀਂ ਫੜਾਉਂਦੇ ਮਸ਼ੀਨ ਤੂੰ ਕੀ ਕਰਨਾ ਮਸ਼ੀਨ ਫੜ ਕੇ ਐਡੀ ਛੇਤੀ ਨਹੀਂ ਤੂੰ ਤਾਂ ਹੈ ਰਾਣਾ ਹੰਬਲੀ ਕਿਉਂ ਨਹੀਂ ਹੰਬਲੀ ਕਿਉਂ ਨਹੀਂ ਡਿੱਗਾ ਆ ਗਿਆ ਇੱਥੇ ਮੁਸ਼ਕ ਹਿੰਗੀ ਜਾਂਦਾ ਜੀ ਇੱਥੇ ਕਿੰਨਾ ਮੁਸ਼ਕ ਆਉਂਦਾ ਪਿਆ ਕਿਵੇਂ ਕੀ ਉਧਰ ਚਲਾਵੀ ਤੂੰ ਉਧਰ ਕਿਹੜਾ ਚਲਾਈ ਕੋਈ ਮਸ਼ੀਨ ਤੂੰ ਕਿਵੇਂ ਇਹਦਾ ਛਿਆਲਾ 4600 ਮਸ਼ੀਨ ਦਾ ਕਿਵੇਂ ਨਿਬੇੜਾ ਇਹਦਾ ਨਿਬੇੜਾ ਜ਼ਿਆਦਾ ਹੈ ਨਿਬੇੜਾ ਜੱਸੀ ਨਾਲ ਵੀ ਜ਼ਿਆਦਾ ਨਾ ਤੇ ਕਿਵੇਂ ਚਲਾਉਣ 'ਚ ਕਿਵੇਂ ਆ ਇਹ ਚਲਾਉਣ ਵਧੀਆ ਵਧੀਆ ਹਾਂ ਪੰਮਾ ਕਹਿੰਦਾ ਆਹ ਮਸ਼ੀਨ ਮੈਨੂੰ ਭਾਵੇਂ ਇਕੱਲੇ ਨੂੰ ਦੇ ਦੇ ਸਾਹਮਣੇ ਚੱਲਦੀ ਵੀ ਆ 4600 ਕਹਿੰਦਾ ਮੈਂ ਇਕੱਲਾ ਚਲਾ ਲਵਾਂਗਾ ਮਸ਼ੀਨ ਵੀ ਇਹਦਾ ਇਹਦਾ ਇਹ ਨਿਬੇੜਾ ਆ ਡਿੱਗੀ ਕਣਕ ਦੂਜੇ ਲੋਹ ਚ ਵਧੀਆ ਮਸ਼ੀਨ ਤੁਰੀ ਆਉਂਦੀ ਆ ਨਾ ਕਿਹੜੀ ਅੱਛਾ ਤੇ ਉਦਾਂ ਵਧੀਆ ਚੱਲਦੀ ਵੀ ਆਉਣਾ ਅੱਜ ਫੱਟੀ ਫੱਟੀ ਤੇ ਮਹਿੰਗੀਆਂ ਕੀਤੀਆਂ ਹੁਣ ਅੱਛਾ ਅਗਨ ਫਿਰ 4600 ਲੈ ਆਈ ਇੱਕ ਹੋਰ ਪੁਰਾਣਾ ਮਾਡਲ ਲੈ ਆਈ ਤਿਆਰ ਕਰ ਲਾਂਗੇ ਹੈਂ ਬਾਈ ਅਸੀਂ ਹੁਣ ਅਗਾਂ 4600 ਮਸ਼ੀਨ ਲਿਆਉਣੀ ਇੱਕ ਹੋਰ ਆ ਅਤੇ ਤਿਆਰ ਕਰਾਂਗੇ ਲਿਆ ਕੇ ਅਤੇ ਪੰਮਾ ਕਹਿੰਦਾ 4600 ਮਸ਼ੀਨ ਵਧੀਆ ਚਲਾਓ ਅੱਛਾ ਅਤੇ ਟਾਈਮ ਹੋ ਗਿਆ ਜੀ ਇੱਕ ਦਾ ਅਤੇ ਉਹ ਆਪਣੀ 4600 ਮਸ਼ੀਨ ਨੇ 13 ਕਿੱਲੇ ਥਾਂ ਵੱਢਤਾ ਜੱਸੀ ਨੇ ਜੇ 5 ਕਿੱਲੇ ਵੱਢਿਆ ਤੁਸੀਂ ਕਿੰਨੇ ਵੱਢ ਗਏ ਜੀ ਕਿੰਨੇ ਹੋਣ ਦਿਓ ਮੈਂ ਆਰਡਰ ਮੈਨੂੰ ਤਾਂ ਪਤਾ ਹੀ ਨਹੀਂ ਹੋਣਦੇ 2.5 ਕਿੱਲੇ ਛੇ ਕਿੱਲੇ ਨਾ ਵੱਡੇ ਨੇ 4600 ਵਾਲੇ ਅਤੇ 5 ਕਿੱਲੇ ਉਹਨਾਂ ਵੱਡੇ ਜੱਸੀ ਵਾਲਿਆਂ ਨੇ ਅਤੇ 12 ਕਿੱਲੇ ਨੇ ਵੱਢ ਲਿਆ ਕੱਲ੍ਹ ਇਹਨੇ ਵੱਢਿਆ 18 ਕਿੱਲੇ 4600 ਨੇ 18-19 ਕਿੱਲੇ ਕਿੰਨੀ ਵੱਢ ਗਿਆ ਜੀ ਰਾਣੇ ਨੂੰ ਬੈਠਣ ਤਾਂ ਕਰਾਇਆ ਮਸ਼ੀਨ 'ਤੇ ਬਿਠਾਇਆ ਅੱਗੇ ਪਰਲੀ ਸੀਟ 'ਤੇ ਪਰਲੀ 'ਤੇ ਬਿਠਾਇਆ ਕਿ ਸਟੇਅਰਿੰਗ ਡਰਾਈਵਰ ਅਤੇ ਫਿਰ ਇਹ ਰਾਣਾ ਤੂੰ ਨਾ ਜਦੋਂ ਮਸ਼ੀਨ ਹੋਏ ਨਾ ਵਿਹਲਾ ਸੀਜਨ ਜਾਂ ਜਦੋਂ ਕੋਈ ਵਿਰਲਾ ਕਿੱਲਾ ਰਹਿ ਜਾਏ ਉਦੋਂ ਤਾਂ ਕੋਸ਼ਿਸ਼ ਕਰੇ ਵੱਲ ਸਿੱਖਣ ਦੀ ਹੁਣ ਨਾ ਵਿੱਚ ਪੰਡੇ ਨਾ ਕੀਤੇ ਕਰ ਕੰਮ ਦੇ ਵਿੱਚ ਇੱਥੇ ਜੇ ਹਵੇਰੇ ਨਾਲ ਨਾ ਡੈਪ ਕਰ ਚੋਰ ਨਹੀਂ ਤਾਂ ਤੈਨੂੰ ਕਰੇ ਛੱਡ ਦੇਣਾ ਮੱਝਾਂ ਪੱਠੇ ਪਾਈ ਰੱਖੀ ਕਰੀ ਆਖਾ ਹੁਣ ਕੰਮ ਦੇ ਵਿੱਚ ਤੂੰ ਕਿਵੇਂ ਡਰਾਈਵਰ ਬਣ ਜਾ ਭਲੇ ਦੱਸ ਮੈਨੂੰ ਤੈਨੂੰ ਫਿਰ ਵੱਲ ਸਿਖਾਵਾਂਗੇ ਨਾਲੇ ਨਾਲ ਨੁਕਸਾਨ ਕਰਾਂਗੇ ਅਤੇ ਨਾਲੇ ਤੂੰ ਵੱਲ ਸਿੱਖ ਜਾਏਗਾ ਹੈਂ ਇਹਦੇ ਨਾ ਪਤਾ ਹੀ ਗੱਲ ਕੀ ਹੈ ਹੁਣ ਸੀਜਨ ਦਾ ਜੇ ਕੱਲ੍ਹ ਮਸ਼ੀਨ ਚੱਲੀਏ 60 ਕਿੱਲੇ ਥਾਂ ਵੱਡਾ ਉਹ ਦੂਜਾ 40 ਕਿੱਲੇ ਹੈ ਅਤੇ ਸੀਜਨ ਦਾ ਖਤਮ ਵੀ ਹੋ ਚੱਲਿਆ ਅਤੇ ਤੈਨੂੰ ਵੱਲ ਸਿਖਾਤਾ ਤਾਂ ਬਸ ਜਿਹੜੇ 40 ਕਿੱਲੇ ਹੋਰ ਵੱਢਣੇ ਨੇ ਉਹ ਕਦੋਂ ਪਹਿਲਾਂ ਚਾੜਨ ਦਾ ਵੱਲ ਸਿੱਖ ਅਤੇ ਗਰੀਸ ਕਰਨ ਦਾ ਫਿਰ ਤੂੰ ਮਸ਼ੀਨ ਬਾਰੇ ਦੱਸੀ ਮੈਨੂੰ ਕੀ ਵਿਚਾਰ ਹੈ ਤੇਰਾ ਠੀਕ ਹੈ ਹਾਂ ਪਹਿਲਾਂ ਨਾ ਸਕਾ ਮੈਂ ਡਰਾਈਵਰ ਬਣਾ ਦਾ ਡਰਾਈਵਰ ਤੂੰ ਕੱਲ੍ਹ ਬਣਾ ਤੇ ਤਿੰਨਾਂ ਕਰਦਾ ਕਣਕ ਲਾ ਮਸ਼ੀਨ ਲਾ ਵਾਟ ਦਿੱਤੀ ਜਾ ਕੇ ਵਾਟ ਨਹੀਂ ਦਿੱਸੀ ਵਾਟ ਉੱਤੋਂ ਲੰਘ ਗਿਆ ਉਹਦਾ ਮੈਨੂੰ ਵੱਟ ਆਉਂਦਾ ਮੈਂ ਇਹ ਨੀਵੀਂ ਵੱਟ ਉੱਚੀ ਆਈ ਫਿਰ ਰੋਕਾਂਗੇ ਵੱਟ ਵੇਂਦਾ ਵੀ ਉੱਚੀ ਆਵੇਗੀ ਤੇ ਫਿਰ ਦਿੱਸੀ ਨਹੀਂ ਲੈ ਵਾਟ ਦੇ ਉੱਤੋਂ ਲੰਘ ਗਿਆ ਤੇ ਦਿੱਸੀ ਨਹੀਂ ਮਸ਼ੀਨ ਨਹੀਂ ਲੰਘੀ ਦਿੱਸਦੀ ਤੈਨੂੰ ਹਾਂ ਕੀ ਅੱਗਾ ਪਿੱਛਾ ਨੀ ਤੂੰ ਬਸ ਰਾਣੇ ਨੂੰ ਨਾ ਮਸ਼ੀਨ ਠੱਲ ਕੇ 2 ਮਿੰਟ ਉੱਤੋਂ ਉਹਨੇ ਬਿਠਾ ਤਾ ਕਰ ਹਾਂ ਚਲਾਉਣ ਪਾ ਬਣਾ ਦਿੱਤੀ ਕਰ ਬਸ ਠੀਕ ਹੈ ਕਿੰਨੇ ਕਿੱਲੇ ਰਹਿ ਗਏ ਆਪਣੇ ਤੋਂ ਬਾਅਦ ਆਪਣੇ ਰਹਿ ਗਏ 10 ਕਿੱਲੇ ਇਸ ਤੋਂ ਬਾਅਦ ਕਿੰਨੇ ਕੁ ਵੱਢ ਹੋ ਗਏ ਵੱਢ ਹੋ ਗਏ ਆਪਣੇ 11 ਅੱਛਾ ਇਹ ਬਸ 10 ਰਹਿ ਗਏ ਹਾਂ ਚਲੋ ਇੱਧਰੋਂ ਹੋ ਜਾਵੇ 2 ਪਲਾਟ ਰਹਿ ਗਏ ਤੇ ਉਸ ਤੋਂ ਬਾਅਦ ਚੋਜੀ ਲਾਉਣੀ ਅੱਜ ਚੋਜੀ ਤੇ ਅੱਜ ਪਤਾ ਨਹੀਂ ਮਲਾ ਕਾਹਨੂੰ ਲੱਗੂਗੀ ਅੱਜ ਅੱਛਾ ਚੱਲ ਠੀਕ ਹੈ ਜੇ ਰੁਕਦਾ ਫਿਰ ਕੱਲ੍ਹ ਨੂੰ ਲਾ ਲਾਂਗੇ ਕੱਲ੍ਹ ਨੂੰ ਲੱਗ ਜੂਗੀ ਹਾਂ ਪਰਸੋਂ ਲਾ ਦਾਂਗੇ ਰਾਣਾ ਹੁਣ ਤੂੰ ਮੈਂ ਤਾਂ ਨਾ ਛੀਤੇ ਨਾਲ ਚੱਲ
ਕੀ ਮਸ਼ੀਨ ਤੇ ਠੀਕ ਹੈ ਹਾਂ ਕੀ ਇਹ ਤੇ ਚਾਚਾ ਲੜ ਪੈਦਾ ਇਹਦੇ ਬਾਅਦ ਆਪਾਂ ਜਾਣਾ ਉਹ ਸਾਹਮਣੇ ਠੀਕ ਆ ਕਿੱਲਾ ਵੱਢ ਕੇ ਹੋਰ ਤਾਂ ਨੀ ਆਪਣਾ ਇੱਧਰ ਹੈਗਾ ਕੋਈ ਉਹ ਇੱਧਰ ਉਹ ਉੱਡਣੇ ਪਹਿਲਾਂ ਕੋ ਮੋਟਰ ਵਾਲੇ ਉਹ ਲੰਮੇ ਤੂੰ ਕਿਵੇਂ ਬਾਹਰ ਤੂੰ ਕਿਵੇਂ ਸਿੱਟੇ ਚੁੱਕਦਾ ਫਿਰਨਾ ਹੈ ਕਰਮ ਕਿੱਥੇ ਕਿੱਥੇ ਉੱਥੇ ਕਰਦਾ ਮੈਂ ਡੰਡ ਲਾਣਾ ਤੇਰੇ ਬਾਪੂ ਕੋਲ ਜਾ ਕੇ ਡੰਡ ਲਾਣਾ ਵੀ ਤੂੰ ਆਣਾ ਮੈਂ ਮਸ਼ੀਨ ਹੈ ਸਾਂਝੀ ਕਰਨਾ ਕਰਮ ਤੇ ਮੈਂ ਇਵੇਂ ਬਕਵਾਸ ਬੋਲੇ ਕਰੇਗਾ ਹੈ ਪੀ ਕੇ ਖੁੱਟ ਹੁਣ ਇਹਨੂੰ ਆਣਾ ਮੈਂ ਉਹਦੇ ਕੋਲੇ ਹਾਂ ਬੈਠਾ ਥੱਲੇ ਲੈ ਥੱਕਿਆ ਮੈਂ ਦੰਦ ਸਾਫ਼ ਕਰ ਦੰਦ ਸਾਫ਼ ਕਰ ਪਹਿਲੋਂ ਬਣਿਆ ਪਿਆ ਜਿਵੇਂ ਮੱਖਣ ਮਲਾਈ ਹੁੰਦੀ ਹੈ ਸੁੱਤੇ ਪੈ ਜੇ ਅੱਖਾਂ ਵੇਖ ਕਿਵੇਂ ਲਾਲ ਹੈ ਰਾਤ ਨੀ ਸੁੱਤਾ ਕੰਡਾ ਦੱਸੂਗਾ ਮਾੜਾ ਦੱਸ ਦੇ ਸੱਠ ਕਹਿੰਦਾ ਨਿਕਲ ਆ ਬਾਕੀ ਸਾਡੇ ਤੁਸੀਂ ਚੌਵੀ ਕੁਇੰਟਲ ਲਾਲ ਵੀ ਚੌਵੀ ਕੁਇੰਟਲ ਦੀ ਔਸਤ ਆ ਰਹੀ ਆ ਹੁਣ ਤੇਰਾ ਕੀ ਰੌਲਾ ਹੁਣ ਤਾਂ ਉੱਥੇ ਪੀ ਗਿਆ ਕਿੰਨੇ ਨਹੀਂ ਪੀਤੀ ਫਿਰ ਹੁਣ ਆਪਦੇ ਘਰੇ ਤਾਂ ਪੈ ਗਏ ਹਾਂ ਕੀ ਆਉਂਦਾ ਚਾਹ ਫਿਰ ਆਪਣੇ ਘਰੋਂ ਵੀ ਫੜ ਲਓ ਚੱਲ ਚਾਰ ਕੱਪ ਬਣਾ ਲਿਆ ਫਿਰ ਤੈਨੂੰ ਆਪਦਾ ਡਾਇਰੈਕਟ ਚਲਾ ਗਾ ਹੋਰ ਮੈਂ ਲੱਗਦਾ ਹੋਣਾ ਹਨਾ ਹੋਰ ਤਰ੍ਹਾਂ ਹੀ ਲੱਗਦਾ ਹੁਣ ਅੱਗੋਂ ਕਦੋਂ ਆਇਆ ਵੀ ਬੰਦਾ ਸਾਡਾ ਮਸ਼ੀਨ ਉੱਤੋਂ ਲੈ ਗਈ ਉੱਤੇ ਤੇ ਬਹਿਣ ਦਾ ਕੋਈ ਫਾਇਦਾ ਨੀ ਗਾ ਫਾਇਦਾ ਹੈਗਾ ਉੱਤੇ ਬਹਿਣ ਦਾ ਇੱਥੋਂ ਪਿੰਡੋਂ ਰੱਖਾ ਵੀ ਚਾਚੇ ਮੇਰੇ ਦਾ ਮੁੰਡਾ ਹੈਗਾ ਉਧਰ ਤੇਲ ਪਾ ਕੇ ਆਉਂਦੇ ਜ ਤੇਲ ਮਕਾਈ ਬੈਠੇ ਅਸੀਂ ਤੇ ਚਾਹ ਮੰਗਦਾ ਹੀ ਇਹ ਬੰਦਾ ਪਿਆਵਾਂਗੇ ਰਾਣਾ ਅੱਜ ਕਿੰਨਾ ਖਾਧਾ ਸਮਾਨ ਕੁਛ ਖਾਂਦਾ ਖਾਧਾ ਕੋ ਨਹੀਂ ਕੁਛ ਖਾਧਾ ਨੀ ਅੱਜ ਚਾਵਲ ਤੇ ਰੋਟੀਆਂ ਤਾਂ ਖਾਧਿਆ ਆਹ ਮਸ਼ੀਨ ਕਹਿੰਦੀ ਹੈ ਮੇਰੀ ਗੱਲ ਸੁਣ ਜੇ ਤੇ ਗੁਰੂਆ ਚੰਗਾ ਕੰਮ ਕਰ ਲਵੇ ਇੱਥੇ ਇੱਧਰ ਆ ਸਾਹਮਣੇ ਇੱਧਰ ਆ ਇੱਧਰ ਆ ਕੀ ਜੇ ਤੂੰ ਕੋਈ ਚੰਗਾ ਕੰਮ ਕਰ ਲਿਆ ਹੋਟਲ ਹੁਟਲ 'ਚ ਲੱਗ ਜਾ ਕਿਤੇ ਕੋਈ ਜੂਸ ਵਾਲੀ ਰੇਹੜੀ ਲਾ ਲਾ ਜਾਂ ਗੋਲ ਗੱਪਿਆਂ ਦਾ ਕੰਮ ਕਰ ਲਾ ਹੈਂ ਜੇ ਤੂੰ ਗੋਲ ਗੱਪਿਆਂ ਦਾ ਕੰਮ ਕਰ ਲਾ ਮੈਂ ਬੜਾ ਵਧੀਆ ਰਵੇਗਾ ਵੇਖ ਲੈ ਕੀ ਲੱਛਣ ਹੋਏ ਪੈਣੇ ਤੇਰੇ ਹੈਂ ਫਿਰ ਕੀ ਹੈ ਗੋਲ ਗੱਪਿਆਂ ਦਾ ਕੰਮ ਮਾੜਾ ਗੋਲ ਗੱਪਾ ਜਾਂਦਾ ਅੱਖਾਂ ਭੀੜ ਹੋ ਜਾਂਦੀਆਂ ਨੇ ਮੇਰੀਆਂ ਵੀ ਮੈਂ ਤੂੰ ਗੋਲ ਗੱਪਿਆਂ ਦਾ ਵੱਲ ਸਿੱਖ ਲਾ ਆਹਨਾ ਮੇਰੀ ਅੱਖਾਂ ਭੀੜ ਹੋ ਜਾਂਦੀਆਂ ਗੋਲ ਗੱਪੇ ਬਣਾਉਣ ਲੱਗਾ ਇਹਦੇ 'ਚ ਵੇਖਾਂਗੇ ਇਹਦੇ ਦਾ ਹੁੰਦੀਆਂ ਨੇ ਅੱਖਾਂ ਭੀੜ ਤੂੰ ਆਹਣਾ ਧੂੰਆਂ ਪੈ ਤਾਂ ਅੱਖਾਂ ਭੀੜ ਹੋ ਜਾਂਦੀਆਂ ਨੇ ਰਾਲਾ ਗੋਲ ਗੱਪਿਆਂ ਨਾਲ ਗੋਲ ਗੱਪਿਆਂ ਨਾਲ ਨਹੀਂ ਹੁੰਦੀ ਅੱਖਾਂ ਭੀੜ ਇਹਦੇ ਨਾਲ ਹੁੰਦੀਆਂ ਨੇ ਸੰਜ ਲੱਗ ਗਈ ਵੱਲ ਤਾਂ ਆ ਜਾਂਦਾ ਵੱਲ ਸਿੱਖ ਯਾਰ ਕੀ ਕਰੇਗਾ ਕੀ ਤੂੰ ਜੀ ਪਹਿਲਾਂ ਮੇਰੀ ਗੱਲ ਸੁਣ ਲਾ ਵੱਲ ਤਾਂ ਚਲੋ ਆ ਜਾਣਾ ਤੇਰੀ ਕਿਸਮਤ 'ਚ ਆ ਤੈਨੂੰ ਜ਼ਰੂਰ ਆ ਜਾਏਗਾ ਵੱਲ ਹੈਂ ਅਤੇ ਵੱਲ ਕਿਸੇ ਤਰੀਕੇ ਨਾਲ ਹੀ ਆਉਂਦਾ ਹੁੰਦਾ ਅਤੇ ਬਾਕੀ ਤੇਲ ਚੈੱਕ ਕਰ ਲਈ ਮਸ਼ੀਨ ਦਾ ਕਿੰਨਾ ਕੁ ਰਹਿ ਗਿਆ ਹੈਂ ਹੋਰ ਜ਼ਰੂਰ ਕਰ ਲਈ ਚੈੱਕ ਆਪਾਂ ਜੀ ਕਰਨ ਲੱਗਾ ਵੀਡੀਓ ਦੀ ਸਮਾਪਤੀ ਅੱਜ ਇੰਨਾ ਹੀ ਅਤੇ ਕੱਲ੍ਹ ਨੂੰ ਫਿਰ ਨਵੇਂ ਕਿਸੇ ਨਵੇਂ ਵਲੌਗ 'ਚ ਤੁਹਾਨੂੰ ਮਿਲਾਂਗੇ ਅਤੇ 4600 ਚੱਲਦੀ ਹੈ ਸਾਹਮਣੇ 6 ਕਿੱਲਿਆਂ ਦੇ ਪਲਾਟ 'ਚ
ਬਾਕੀ ਜੱਸੀ ਆਪਣੀ ਉੱਧਰ ਆ ਅਤੇ ਬਾਰਾਂ ਸ਼ਰੀਰ ਦੇ ਪਿੱਛੇ ਨਾਲੇ ਚੱਲਦੀ ਆ ਅਤੇ ਆਹ ਸਰਦਾਰ ਸਾਹਿਬ ਆ ਰਹੇ ਨੇ ਮੈਨੂੰ ਕਹਿੰਦੇ ਕੈਮਰਾ ਇੱਕ ਚੱਕੀ ਫਿਰਦਾ ਕੈਮਰਾ ਮਹਾਂ ਵੀ ਸ਼ੌਂਕ ਹੁੰਦਾ ਆਪੋ ਆਪਣੇ ਅਤੇ ਤੂੰ ਹੁਣ ਤੈਨੂੰ ਸ਼ੌਂਕ ਹੈ ਖੇਤਾਂ 'ਚ ਆਉਣ ਦਾ ਠੀਕ ਆ ਹੋਰ ਤੇਰਾ ਕੰਮ ਉਮਰ ਥੋੜ੍ਹਾ ਕੰਮ ਕਰਨ ਦੀ ਬਸ ਸ਼ੌਂਕ ਦੇ ਕੰਮ ਨੇ ਆ ਮੈਨੂੰ ਵੀ ਹੁਣ ਸ਼ੌਂਕ ਹੈ ਵੀ ਕੈਮਰਾ ਫੜਨ ਦਾ ਅਤੇ ਇਹ ਆਪਣਾ ਕਿੰਨਾ ਥਾਂ ਹੋਊਗਾ ਆਹ ਜਿਹੜਾ ਵੱਡਾ ਬਠਿੰਦਾ ਪਿਆ ਸਾਢੇ ਪੰਜ ਕਿਲੇ ਹੈਗਾ ਨਹੀਂ ਸਾਢੇ ਪੰਜ ਜਾਂ ਚਾਰ ਜਾਂ ਤਿੰਨ ਜਿੰਨੇ ਵੀ ਹੋਏ ਹਾਂ ਵੀ ਚਾਰ ਜੋ ਠੀਕ ਨਿਕਲੀ ਜਾਂਦੇ ਇਹਦੇ 'ਚ ਵੀ ਅਤੇ ਇਹ ਬਿਜਾਈ ਕਿਹਦੇ ਨਾਲ ਕੀਤੀ ਸੀ ਆਪਾਂ ਸੁਪਰ ਸੀਡਰ ਇਹ ਜੀ ਬਿਜਾਈ ਸੁਪਰ ਸੀਡਰ ਨਾਲ ਕੀਤੀ ਆ ਅਤੇ ਕਣਕ ਡਿੱਗ ਪਈ ਆ ਜ਼ਿਆਦਾ ਹਾਂ ਅਤੇ ਚਾੜ ਥੋੜ੍ਹਾ ਜਿਹਾ ਘੱਟ ਗਿਆ ਕਹਿੰਦੇ ਆ ਵੀ ਜਾਣੀ ਕਿ ਚਾਲੀ ਕੁ ਮਨ ਚਾਲੀ ਪੰਤਾਲੀ ਮਨ ਦੀ ਔਸਤ 'ਚ ਹੈਗਾ ਅਤੇ ਚਾਲੀ ਜਿੱਦਾਂ ਅਠਾਰਾਂ ਸਤਾਰਾਂ ਕੁਇੰਟਲ ਲਾ ਲਓ ਜਿਹੜੇ ਬੰਦੇ ਕੁਇੰਟਲਾਂ 'ਚ ਗਿਣਦੇ ਆ ਅਤੇ ਆਪਣੇ ਸਾਡੇ ਤਾਂ ਮਨਾਂ 'ਚ ਚੱਲਦਾ ਚਾਲੀ ਬਿਆਲੀ ਮਨ ਦੀ ਔਸਤ ਹੈਗੀ ਆ ਇਹ ਉੱਠ ਪੈ ਗੁਰੂਆ ਚੌਂਕੜੀ ਚੁੰਕੜੀ ਮਾਰ ਕੇ ਬਹਿ ਗਏ ਅਤੇ ਤੇਲ ਤੁਲ ਵੇਖ ਲੈ ਜਾ ਦਾਣੇ ਹੁਣ ਪਾਉਣਗੇ ਫਿਰ ਭੱਜ ਕੇ ਜਾਏਗਾ ਇੱਥੋਂ ਟਰੈਕਟਰ 'ਤੇ ਬੈਠਾ ਜੀ ਹਾਂ